ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਦੀ ਆਪਣੀ ਵੀਡੀਓ ਆ, ਇਹ ਸਵਿਫਟ 2021 ਮਾਡਲ ਗੱਡੀ ਹੈ ਦੋਸਤੋ। ਇਹ ਗੱਡੀ ਚੱਲੀ ਆ ਸਿਰਫ 22,871 ਕਿਲੋਮੀਟਰ, ਓਰੀਜਨਲ ਕੰਪਨੀ ਦੀ ਗੱਡੀ ਚੱਲੀ ਆ। ਅਤੇ ਇਹਦੇ ਵਿੱਚ ਪ੍ਰੋਬਲਮ ਆ, ਜੋ ਕਸਟਮਰ ਕਹਿ ਰਿਹਾ ਵਾ, ਇਹਦਾ ਜੋ ਕਲੱਚ ਹੁੰਦਾ ਦੋਸਤੋ ਬਹੁਤ ਜ਼ਿਆਦਾ ਹਾਰਡ ਆ। ਠੀਕ ਹੈ ਦੋਸਤੋ, ਮੇਰੇ ਹਿਸਾਬ ਨਾਲ ਵੀ ਕਲੱਚ ਇਹਦਾ ਹਾਰਡ ਆ, ਅਤੇ ਇਹਦੀ ਕਲੱਚ ਦੀ ਤਾਰ ਵੀ ਅਸੀਂ ਚੇਂਜ ਕਰਕੇ ਦੇਖ ਲਈ ਆ, ਬਟ ਫਿਰ ਵੀ ਕਲੱਚ ਇਹਦਾ ਹਲਕਾ ਨਹੀਂ ਹੋਇਆ। ਅਤੇ ਦੋਸਤੋ, ਅਸੀਂ ਜੋ ਇਹਦੀ ਪ੍ਰੋਬਲਮ ਹੁਣ ਨੋਟ ਕੀਤੀ ਹੈ, ਕਲੱਚ ਹਾਰਡ ਦੀ ਪ੍ਰੋਬਲਮ ਆ, ਜੋ ਇਹਦਾ ਕਲੱਚ ਹਾਰਡ ਆ, ਉਹ ਪ੍ਰੋਬਲਮ ਇਹਦੀ ਪ੍ਰੈਸ਼ਰ ਪਲੇਟ ਕਲੱਚ ਪਲੇਟ ਦੇ ਵਿੱਚ ਦੋਸਤੋ। ਅਤੇ ਇਹ ਅਸੀਂ ਲੱਗੇ ਹਾਂ ਦੋਸਤੋ ਹੁਣ ਇਹਦੀ ਕਲੱਚ ਪਲੇਟ ਪ੍ਰੈਸ਼ਰ ਪਲੇਟ ਚੇਂਜ ਕਰਨ, ਅਤੇ ਲੱਗੇ ਇਹਦਾ ਗੇਅਰ ਡਾਊਨ ਕਰਨ। ਗੱਡੀ ਬਿਲਕੁਲ ਨਵੀਂ ਪਈ ਆ, 22,871 ਕਿਲੋਮੀਟਰ ਚੱਲੀ ਆ, ਅਤੇ ਗੇਅਰ ਵਗੈਰਾ ਬਿਲਕੁਲ ਓਕੇ ਲੱਗ ਰਹੇ ਆ, ਕੋਈ ਪ੍ਰੋਬਲਮ ਨਹੀਂ। ਪਿਕਅਪ ਵਗੈਰਾ ਬਿਲਕੁਲ ਓਕੇ ਆ, ਕੋਈ ਵੀ ਪ੍ਰੋਬਲਮ ਨਹੀਂ, ਕੋਈ ਗੇਅਰ ਵਗੈਰਾ ਨੋਇਜ਼ ਨਹੀਂ ਕਰ ਰਿਹਾ, ਐਨ ਓਕੇ ਰਿਪੋਰਟ ਆ। ਸਿਰਫ ਓਨਲੀ ਪ੍ਰੋਬਲਮ ਆ ਕਲੱਚ ਇਹਦਾ ਹਾਰਡ ਆ। ਠੀਕ ਹੈ ਦੋਸਤੋ, ਇਹਦਾ ਆਪਣੇ ਕਲੱਚ ਪਲੇਟ ਪ੍ਰੈਸ਼ ਪਲੇਟ ਔਰ ਕਲੱਚ ਬੈਰਿੰਗ ਰਿਪਲੇਸ ਕਰਾਂਗੇ ਦੋਸਤੋ। ਉਹ ਆਪਾਂ ਨਵਾਂ ਸੈੱਟ ਲਿਆਂਦਾ ਵਾ, ਅਤੇ ਤੁਹਾਨੂੰ ਵੀਡੀਓ ਦੇ ਐਂਡ ਵਿੱਚ ਦੱਸਾਂਗੇ ਅਤੇ ਕਿੰਨੇ ਦਾ ਇਹਦਾ ਕਲੱਚ ਪਲੇਟ ਪ੍ਰੈਸ਼ ਪਲੇਟ ਸੈੱਟ ਆਇਆ ਵਾ, ਤੁਹਾਨੂੰ ਉਹ ਵੀ ਚੈੱਕ ਕਰਾਉਣੇ ਆ। ਕਰਦੇ ਹਾਂ ਗੱਡੀ ਬੰਦ। ਅਤੇ ਆ ਇਹਦਾ ਓਰੀਜਨਲ ਸਾਰਾ ਸਪੇਅਰ ਪਾਰਟ ਪਹਿਲਾਂ ਹੀ ਆਪਾਂ ਲਿਆਂਦਾ ਵਾ, ਮੰਗਵਾ ਲਿਆ ਵਾ ਓਰੀਜਨਲ ਐਂਡ ਕੰਪਨੀ ਚੋਂ। ਇਹ ਕਲੱਚ ਪਲੇਟ ਦਾ ਦੋਸਤੋ, ਇਹ ਕਲੱਚ ਪਲੇਟ ਦਾ ਰੇਟ ਆ ਦੋਸਤੋ 1535, ਔਰ ਇਹ ਆ ਆਪਣੀ ਪ੍ਰੈਸ਼ਰ ਪਲੇਟ 1460 ਰੁਪਏ। ਠੀਕ ਹੈ ਦੋਸਤੋ, ਆ ਇਹਦਾ ਓਰੀਜਨਲ ਕਲੱਚ ਬੈਰਿੰਗ, 560 ਰੁਪਏ ਦਾ ਇਹ ਪ੍ਰਾਈਜ਼ ਆ ਦੋਸਤੋ। ਠੀਕ ਹੈ, ਤੁਹਾਨੂੰ ਐਂਡ ਵਿੱਚ ਵੀਡੀਓ ਦੇ ਵਿੱਚ ਦੱਸ ਦੇ ਕਿੰਨੇ ਦਾ ਟੋਟਲ ਸਪੇਅਰ ਪਾਰਟ ਆਇਆ ਵਾ। ਅਤੇ ਕਰਦੇ ਇਹਦਾ ਗੇਅਰ ਡਾਊਨ। ਇਹ ਆ ਮਾਡਲ ਹੈਗਾ ਦੋਸਤੋ ਪੈਟਰੋਲ ਇੰਜਨ ਆ ਇਹ। ਠੀਕ ਹੈ ਦੋਸਤੋ, ਬਾਕੀ ਵੀਡੀਓ ਨੂੰ ਯਾਰ ਸ਼ੇਅਰ ਕਰ ਦਿਓ ਜ਼ਿਆਦਾ ਤੋਂ ਜ਼ਿਆਦਾ ਆਪਣੇ ਦੋਸਤਾਂ ਨਾਲ, ਫਰੈਂਡਾਂ ਨਾਲ। ਠੀਕ ਹੈ ਦੋਸਤੋ, ਅਤੇ ਗਰੁੱਪਾਂ ਦੇ ਵਿੱਚ ਫੇਸਬੁੱਕ ਵਟਸਐਪ ਗਰੁੱਪ 'ਤੇ ਸ਼ੇਅਰ ਕਰ ਦਿਓ ਜ਼ਰੂਰ ਯਾਰ, ਕਿਉਂਕਿ ਮੈਂ ਅੱਗੇ ਤੋਂ ਵੀ ਤੁਹਾਡੇ ਸ਼ੇਅਰ ਦੇ ਕਰਕੇ ਵੀਡੀਓ ਅੱਗੇ ਤੋਂ ਵੀ ਮੈਂ ਹੋਰ ਵੀਡੀਓ ਪਾ ਸਕਾਂ। ਠੀਕ ਹੈ ਦੋਸਤੋ, ਅਤੇ ਕਰਦੇ ਨੂੰ ਖੁੱਲ੍ਹਾ ਸਟਾਰਟ, ਅਤੇ ਤੁਹਾਨੂੰ ਦਿਖਾਉਣੇ ਦਾ ਫਿਰ ਐਨ ਕਲੱਚ ਬਿਲਕੁਲ ਹਲਕਾ ਐਂਡ ਸਮੂਥ ਕਰਕੇ। ਹਾਂਜੀ ਦੋਸਤੋ, ਗੇਅਰ ਡਾਊਨ ਕਰ ਲਿਆ ਇਹਦਾ, ਔਰ ਇਹਦਾ ਗੇਅਰ ਬੋਕਸ ਅਤੇ ਕਲੱਚ ਪਲੇਟ ਲੱਗੇ ਆ ਖੋਲ੍ਹਣ। ਕਲੱਚ ਪਲੇਟ ਨੂੰ ਕਾਫੀ ਜੰਗ ਪਿਆ ਵਾ, ਬਾਕੀ ਕਲੱਚ ਫੋਰਕ ਵਗੈਰਾ ਬਿਲਕੁਲ ਓਕੇ ਆ। ਠੀਕ ਹੈ ਜੀ ਦੋਸਤੋ, ਇਹ ਬਿਲਕੁਲ ਓਕੇ ਆ, ਕੋਈ ਟਾਇਟ ਨਹੀਂ ਸੀਗਾ, ਸਮੂਥ ਆ, ਬਟ ਇਹ ਸੁੱਕਾ ਪਿਆ, ਭੋਰਾ ਵੀ, ਇਹਨੂੰ ਗਰੀਸ ਨਹੀਂ ਲਾਈ ਹੋਈ ਕੰਪਨੀ ਨੇ, ਐਨ ਸੁੱਕਾ ਪਿਆ ਵਾ। ਅਤੇ ਹੁਣ ਆਪਾਂ ਇਹਨੂੰ ਗਰੀਸ ਐਨ ਨਵਾਂ ਬੈਰਿੰਗ ਪਾਵਾਂਗੇ, ਗਰੀਸ ਲਾ ਕੇ ਪਾਵਾਂਗੇ, ਅਤੇ ਕਾਫੀ ਜੰਗ ਪਿਆ ਹੋਇਆ ਕਲੱਚ ਪਲੇਟ ਦੇ ਵਿੱਚ, ਅਤੇ ਹੁਣ ਖੋਲ੍ਹਦੇ ਹਾਂ ਅਤੇ ਫਿਰ ਚਲੋ। ਪ੍ਰੋਬਲਮ ਤਾਂ ਪ੍ਰੈਸ਼ਰ ਪਲੇਟ ਦੇ ਕਰਕੇ ਕਲੱਚ ਟਾਇਟ ਸੀ, ਹੁਣ ਇਹ ਆਪਾਂ ਨਵਾਂ ਸੈੱਟ ਪਾਵਾਂਗੇ। ਠੀਕ ਹੈ ਵੀ ਦੋਸਤੋ, 2021 ਮਾਡਲ ਗੱਡੀ ਸੀ, ਅਤੇ ਕਲੱਚ ਪਲੇਟ ਦਾ ਦੇਖੋ ਬਿਲਕੁਲ ਨਵੀਂ ਪਈ ਹੈ, ਐਕਸਾਈਡੀ ਕੰਪਨੀ ਦੀ ਆਉਂਦੀ ਹੈ, ਓਰੀਜਨਲ ਕੰਪਨੀ ਵੱਲੋਂ ਲਾ ਕੇ ਚੈੱਕ ਕਰ ਲਓ ਐਕਸਾਈਡੀ। ਅਤੇ ਆ ਰਹੀ ਇਹਦੀ ਪ੍ਰੈਸ਼ਰ ਪਲੇਟ, ਇਹ ਵੀ ਐਕਸਾਈਡੀ ਕੰਪਨੀ ਦੀ ਹੈ। ਕਿਹੜੇ ਕਿਹੜੇ ਦਾ ਨਾਮ ਹੈ?
ਠੀਕ ਹੈ ਵੀ ਦੋਸਤੋ, ਕਰਦੇ ਹਾਂ ਚੇਂਜ, ਐਨ ਸਾਫ਼ ਸਫਾਈਆਂ ਕਰਕੇ ਕਰਾਂਗੇ ਫਿਟਿੰਗ। ਲਓ ਵੀ ਦੋਸਤੋ, ਐਨ ਕਲੱਚ ਫੋਰਕ ਵਗੈਰਾ ਬਿਲਕੁਲ ਕਲੀਨ ਕਰ ਲਿਆ, ਫੋਰਕ ਨੂੰ ਗਰੀਸ ਲਾ ਦਿੱਤੀ ਆ ਅਤੇ ਆਹ ਕਲੱਚ ਪੈਰਾਂਗੇ ਇਹਦਾ। ਠੀਕ ਹੈ ਵੀ ਦੋਸਤੋ, ਕਲੱਚ ਪੈਰਾਂਗੇ। INA ਕੰਪਨੀ ਦਾ ਆਹ ਇਹਦੀ ਕਲੱਚ ਪਲੇਟ, ਕੈਰਾ ਜਿਹੜਾ ਜਿਹੜਾ ਲਗਾ ਰਿਹਾ ਉਹ ਵੀ ਫੋਟੋ ਵਧੀਆ। ਹਾਂ ਵਧੀਆ, ਆਹ ਜੀ ਕਲੱਚ ਪਲੇਟ, ਵੈਲਿਊ ਕੰਪਨੀ ਦੀ, ਅਤੇ ਹੁਣ ਵੈਲਿਊ ਕੰਪਨੀ ਦੀ ਨਿਕਲੀ ਆ, ਪਹਿਲਾਂ XID ਕੰਪਨੀ ਦੀ ਸੀ, ਓਰੀਜਨਲ ਕੰਪਨੀ ਦੀ। ਆਹ ਜੀ ਪ੍ਰੈਸ਼ਰ ਪਲੇਟ, ਠੀਕ ਹੈ ਦੋਸਤੋ, ਇਹ ਵੀ ਵੈਲਿਊ ਕੰਪਨੀ ਦੀ। ਐਂਡ ਓਰੀਜਨਲ ਵੈਲਿਊ ਕੰਪਨੀ ਸੇਮ ਕਲੱਚ ਪਲੇਟ ਆ, ਠੀਕ ਹੈ ਦੋਸਤੋ, ਰੇਗਮਰ ਵੱਜ ਗਿਆ ਅਤੇ ਕਲੱਚ ਪਲੇਟ ਦੋਸਤੋ ਆ ਜ਼ਿਆਦੇ ਵਾਲਾ ਪਾਸਾ ਇਸ ਸਾਈਡ ਆਉਣਾ ਵਾ, ਗੇਅਰ ਸਾਈਡ, ਗੇਅਰ ਕੋਪ ਸਾਈਡ। ਓਕੇ ਦਬਾਅ ਹੋਇਆ ਤਾਂ ਚਲੋ ਕਰਦੇ ਇਹਨਾਂ ਦੇ ਬੋਲਟ ਟਾਈਟ, ਫਿਰ ਕਰਦੇ ਅੱਗੇ ਫਿਟਿੰਗ। ਚੱਲ ਠੀਕ ਹੈ ਵੀ ਦੋਸਤੋ, ਬੋਲਟ ਟਾਈਟ ਹੋ ਗਿਆ ਪਰ ਨੰਬਰ ਦੇ, ਅਤੇ ਸੈਂਟਰ ਹਮਾਰਾ ਬਿਲਕੁਲ ਓਕੇ ਹੋ ਗਿਆ ਵਾ। ਠੀਕ ਹੈ ਵੀ, ਐਂ ਬਿਲਕੁਲ ਓਕੇ ਆ ਸੈਂਟਰ। ਹੁਣ ਆਪਾਂ ਚਾੜਦੇ ਹਾਂ ਗੇਅਰ, ਕਲੱਚ ਬੈਰਿੰਗ ਵੀ ਪੈ ਗਿਆ ਵਾ, ਕਲੱਚ ਬੈਰਿੰਗ ਚੈੱਕ ਕਰਵਾ ਦੇ। ਠੀਕ ਹੈ ਦੋਸਤੋ, ਕਲੱਚ ਬੈਰਿੰਗ ਵੀ ਆਪਣਾ ਪੈ ਗਿਆ ਵਾ, ਬਿਲਕੁਲ ਓਕੇ ਐਨ ਸਮੂਥ ਆ। ਹੁਣ ਚਾੜਦੇ ਆਪਾਂ ਗੇਅਰ, ਅਤੇ ਕਲੱਚ ਫੋਰਕ ਵੀ ਲਾਉਣੇ ਆ। ਕਲੱਚ ਫੋਰਕ ਦੇ ਵਿੱਚ ਦੋਸਤੋ ਇੱਕ ਸਪੈਸ਼ਲ ਝਰੀ ਹੁੰਦੀ ਆ, ਬਾਹੂ ਦੋਸਤੋ। ਗੇਅਰ ਦੀ ਪੂਰੀ ਫਿਟਿੰਗ ਹੋ ਗਈ, ਗੇਅਰ ਦੇ ਸਾਰੇ ਨਟ ਬੋਲਟ ਟਾਈਟ ਹੋ ਚੁੱਕੇ ਨੇ, ਸਾਰੇ ਕੇਪਲਰ ਲੱਗ ਗਏ, ਵਾਇਰਿੰਗ ਕੇਬਲ ਲੱਗ ਗਈ, ਕਲੱਚ ਕੇਬਲ, ਗੇਅਰ ਕੇਬਲ, ਔਰ ਸਾਰੇ ਕਨੈਕਟਰ ਲੱਗ ਗਏ, ਸਾਰੇ ਘੇਰੇ ਦੇ ਬੋਲਟ ਲੱਗ ਚੁੱਕੇ ਨੇ, ਗੇਅਰ ਆਇਲ ਪੈ ਚੁੱਕਾ ਵਾ, ਅਤੇ ਐਕਸਲ ਦਾ ਨਟ ਟਾਈਟ ਕਰਨ ਵਾਲਾ ਰਹਿ ਗਿਆ, ਅਤੇ ਕਰਦੇ ਹਾਂ ਠੀਕ ਹੈ ਦੋਸਤੋ। ਬਾਕੀ ਥੱਲੇ ਇੰਜਨ ਜੋ ਕਵਰ ਵਗੈਰਾ ਹੁੰਦਾ ਵਾ ਉਹ ਲੱਗਣ ਵਾਲਾ ਰਹਿ ਗਿਆ, ਬਾਕੀ ਕਲੱਚ ਬਿਲਕੁਲ ਐਨ ਸਮੂਥ ਹੋ ਗਿਆ, ਉਹ ਵੀ ਤੁਹਾਨੂੰ ਹੁਣ ਦਿਖਾਉਣੇ ਆ। ਠੀਕ ਹੈ ਵੀ ਦੋਸਤੋ, ਸਾਰੀ ਫਿਟਿੰਗ ਹੋ ਗਈ ਹੈ ਗੇਅਰ ਦੀ ਸਾਨੂੰ, ਅਤੇ ਉੱਪਰੋਂ ਬੈਟਰੀ ਲੱਗ ਚੁੱਕੀ ਆ। ਠੀਕ ਹੈ ਵੀ ਦੋਸਤੋ,
ਐਨ ਆਪਾਂ ਫੋਰਕ ਵਗੈਰਾ ਐਨ ਕਲੱਚ ਸਭ ਕੁਛ ਓਰੀਜਨਲ ਕੰਮ ਕਰਦਾ, ਕੋਈ ਵੀ ਇਹਦਾ ਨਟ ਬੋਲਟ ਲੂਜ਼ ਨਹੀਂ ਰੱਖਿਆ, ਕੋਈ ਲੋਕ ਨਹੀਂ ਛੱਡਿਆ, ਜੋ ਕੰਪਨੀ ਵੱਲੋਂ ਫਿਟਿੰਗ ਸੀ ਸਾਰੀ ਆਪਾਂ ਓਰੀਜਨਲ ਕੰਪਨੀ ਦੀ ਤਰ੍ਹਾਂ ਕਰ ਦਿੱਤੀ ਆ। ਨਵੀਂ ਗੱਡੀ ਆ, ਨਵੀਂ ਗੱਡੀ ਦੀ ਤਰ੍ਹਾਂ ਸਾਰਾ ਕੰਮ ਕੀਤਾ ਆਪਾਂ, ਜੋ ਓਰੀਜਨਲ ਕੰਪਨੀ ਦੇ ਲੋਕ ਨੇ ਸਭ ਕੁਛ ਆਪਾਂ ਓਰੀਜਨਲ ਪਾਏ ਨੇ, ਕੋਈ ਵੀ ਕੰਮ ਦੇਸੀ ਜੁਗਾੜ ਨਹੀਂ ਕੀਤਾ ਆਪਾਂ। ਠੀਕ ਹੈ ਜੀ ਦੋਸਤੋ, ਸਾਰੇ ਨਟ ਬੋਲਟ ਟਾਈਟ ਹੋ ਚੁੱਕੇ ਨੇ ਘੇਰੇ ਦੇ, ਸੈਲਫ ਵੀ ਦੋਸਤੋ ਇਹਦੀ ਖੋਲ੍ਹਣੀ ਪੈਂਦੀ ਆ। ਠੀਕ ਆ ਵੀ ਸਾਰੀ ਫਿਟਿੰਗ ਹੋ ਗਈ ਆ, ਸਾਰੇ ਆਪਣੇ ਜੋ ਵੀ ਆ ਸਪੀਕੇ ਲੋਕ ਹੁੰਦੇ ਆ ਇਹ ਸਭ ਆਪਾਂ ਓਰੀਜਨਲ ਕੰਪਨੀ ਦੀ ਤਰ੍ਹਾਂ ਪਾ ਦਿੱਤੇ ਆ, ਕੋਈ ਵੀ ਛੱਡਿਆ ਨਹੀਂ, ਕੋਈ ਤੋੜਿਆ ਨਹੀਂ, ਕੋਈ ਭੰਨਿਆ ਨਹੀਂ। ਓਕੇ ਰਿਪੋਰਟ ਹੋਇਆ ਅਤੇ ਕਰਦੇ ਐਕਸਲ ਦਾ ਨਟ ਵੀ ਟਾਈਟ, ਅਤੇ ਫਿਰ ਤੁਹਾਨੂੰ ਦਿਖਾਉਣੀ ਆ ਕਲੱਚੇ ਦਾ ਦੱਬ ਕੇ। ਲਓ ਵੀ ਦੋਸਤੋ ਗੱਡੀ ਪੂਰੀ ਐਨ ਕੰਪਲੀਟ ਹੋ ਗਈ ਆ, ਟਾਇਰ ਵਗੈਰਾ ਲੱਗ ਗਿਆ, ਸਭ ਕੁਛ ਓਕੇ ਹੋ ਗਿਆ, ਅਤੇ ਚੱਲਦੇ ਹੁਣ ਗੱਡੀ ਦੇ ਵਿੱਚ, ਦੇਖਦੇ ਹਾਂ ਕਲੱਚ ਜੋ ਬਹੁਤ ਜ਼ਿਆਦਾ ਹਾਰਡ ਸੀ ਪਹਿਲਾਂ। ਠੀਕ ਹੈ ਵੀ ਦੋਸਤੋ, ਚਲੋ ਬਾਕੀ ਦੋਸਤੋ ਇਹ ਤਾਂ ਮੈਂ ਹੀ ਤੁਹਾਨੂੰ ਦੱਸ ਸਕਦਾ ਵੀ ਕਲੱਚ ਟਾਇਟ ਸੀ ਜਾਂ ਸਹੀ ਸੀਗਾ, ਕਿਉਂਕਿ ਹੁਣ ਵੀਡੀਓ ਦੇ ਵਿੱਚ ਇਹ ਚੀਜ਼ ਤਾਂ ਤੁਹਾਨੂੰ ਨਹੀਂ ਕਲੀਅਰ ਹੋਣੀ। ਅਤੇ ਬਾਕੀ ਦੋਸਤੋ ਕਲੱਚ ਪਹਿਲਾਂ ਟਾਇਟ ਹੀ ਸੀਗਾ, ਕਸਟਮਰ ਦਾ ਵੀ ਕਹਿਣਾ ਕਲੱਚ ਟਾਇਟ ਸੀਗਾ, ਕਿਉਂਕਿ ਜੋ ਓਰੀਜਨਲ ਕਲੱਚ ਹੁੰਦਾ ਵਾ ਉਸ ਤਰ੍ਹਾਂ ਨਹੀਂ ਸੀਗਾ। ਠੀਕ ਹੈ ਦੋਸਤੋ, ਹੁਣ ਕਲੱਚ ਬਹੁਤ ਜ਼ਿਆਦਾ ਸਮੂਥ ਹੋ ਗਿਆ ਵਾ, ਐਨ ਹਲਕਾ ਹੋ ਗਿਆ ਕਲੱਚ ਦੋਸਤੋ। ਅਤੇ ਕਰਦੇ ਹਾਂ ਸਟਾਰਟ ਗੱਡੀ ਨੂੰ। ਠੀਕ ਹੈ ਦੋਸਤੋ, ਕਲੱਚ ਐਨ ਓਕੇ, ਕੋਈ ਚੈੱਕ ਲਾਈਟ ਵਗੈਰਾ ਨਹੀਂ। ਠੀਕ ਹੈ ਦੋਸਤੋ, ਅਤੇ ਕਲੱਚ ਦੋਸਤੋ ਪਹਿਲਾਂ ਬਹੁਤ ਥੋੜ੍ਹਾ ਜਿਹਾ ਟਾਇਟ ਹੀ ਸੀ, ਜਿੱਦਾਂ ਨੋਰਮਲ ਹੁੰਦਾ ਵਾ ਇਹ ਉਸ ਹਿਸਾਬ ਨਾਲ ਟਾਇਟ ਸੀ ਕਲੱਚ, ਜਿਸ ਨਾਲ ਗੱਡੀ ਦਾ ਕਲੱਚ ਚਾਹੀਦਾ ਉਸ ਨਾਲ ਸੀ ਨਹੀਂ। ਹੁਣ ਓਰੀਜਨਲ ਬਿਲਕੁਲ ਕੰਪਨੀ ਦੀ ਤਰ੍ਹਾਂ ਹੋ ਗਿਆ ਵਾ, ਐਨ ਓਕੇ, ਹਲਕਾ ਸਮੂਥ ਹੋ ਗਿਆ ਵਾ। ਮੇਰੇ ਕਸਟਮਰ ਨੇ ਵੀ ਕਲੱਚ ਨੂੰ ਦੱਬ ਕੇ ਦੇਖ ਲਿਆ, ਉਹ ਕਹਿੰਦਾ ਬਿਲਕੁਲ ਓਕੇ ਆ, ਹੁਣ ਕਹਿੰਦਾ ਨਵੀਂ ਗੱਡੀ ਦੇ ਵਾਂਗੂ ਬਿਲਕੁਲ ਹੋ ਗਿਆ ਵਾ, ਜੋ ਪਹਿਲਾਂ ਕੰਪਨੀ ਦੀ ਸੀ ਗੱਡੀ ਉਸ ਟਾਈਪ ਕਲੱਚ ਹੋ ਗਿਆ ਵਾ। ਠੀਕ ਹੈ ਦੋਸਤੋ, ਉਹਨੇ ਕਲੱਚ ਦੱਬ ਕੇ ਦੇਖ ਲਿਆ ਵਾ ਅਤੇ ਉਹ ਕਹਿ ਰਿਹਾ ਬਿਲਕੁਲ ਓਕੇ ਆ। ਅਤੇ ਗੇਅਰ ਵਗੈਰਾ ਲਾ ਕੇ ਦੇਖਦੇ ਹਾਂ ਆਪਾਂ, ਐਨ ਓਕੇ ਲੱਗ ਰਹੇ ਆ, ਗੱਡੀ ਬੰਦ ਹੋ ਗਈ ਆ। ਕੋਈ ਗੇਅਰ ਆਵਾਜ਼ ਨਹੀਂ ਕਰ ਰਿਹਾ। ਠੀਕ ਹੈ ਦੋਸਤੋ, ਓਕੇ ਰਿਪੋਰਟ ਆ ਗੇਅਰ, ਅਤੇ ਚੱਲਦੇ ਹਾਂ ਟੈਸਟ ਡਰਾਈਵ ਲੈਣ। ਲਓ ਵੀ ਦੋਸਤੋ, ਟੈਸਟ ਡਰਾਈਵ ਦੀ ਲਿਆਂਦੀ ਆ, ਐਨ ਓਕੇ ਰਿਪੋਰਟ ਆ, ਕੋਈ ਗੱਡੀ ਦੇ ਵਿੱਚ ਨੋਇਜ਼ ਨਹੀਂ, ਕੋਈ ਵਾਈਬ੍ਰੇਸ਼ਨ ਨਹੀਂ ਪੈਡਲ ਦੇ ਵਿੱਚ, ਕਲੱਚ ਛੱਡਣ ਦੇ ਵਿੱਚ ਕੋਈ ਧੜਕ ਕੇ ਨਹੀਂ ਤੁਰਦੀ, ਐਨ ਸਮੂਥ ਚੱਲ ਰਹੀ ਹੈ। ਅਤੇ ਕਲੱਚ ਦੀ ਮੇਨ ਪ੍ਰੋਬਲਮ ਸੀ ਆਪਣੀ, ਕਲੱਚ ਕਸਟਮਰ ਦਾ ਕਹਿਣਾ ਸੀ ਵੀ ਕਲੱਚ ਇਹਦਾ ਹਾਰਡ ਆ, ਹਾਂ ਕਲੱਚ ਹਾਰਡ ਵੀ ਸੀਗਾ ਦੋਸਤੋ, ਹੁਣ ਨਵੀਆਂ ਪਾਉਣ ਨਾਲ ਕਲੱਚ ਬਿਲਕੁਲ ਓਕੇ ਹੋ ਗਿਆ, ਕਲੱਚ ਪਲੇਟ ਦੇ ਵਿੱਚ ਪ੍ਰੈਸ਼ਰ ਪਲੇਟ ਦੇ ਵਿੱਚ ਜੰਗ ਬਹੁਤ ਨਿਕਲਿਆ, ਜੰਗਾਲ ਬਹੁਤ ਨਿਕਲਿਆ, ਉਸ ਕਰਕੇ ਟਾਇਟ ਹੋਇਆ ਸੀਗਾ ਕਲੱਚ, ਅਤੇ ਕਲੱਚ ਤਾਰ ਵੀ ਚੇਂਜ ਕਰਕੇ ਦੇਖ ਲਈ, ਬਟ ਕਲੱਚ ਫਰੀ ਨਹੀਂ ਹੋਇਆ, ਹਲਕਾ ਨਹੀਂ ਹੋਇਆ। ਅਤੇ ਹੁਣ ਇਹਦੀ ਆਪਾਂ ਕੀਤੀ ਹੈ ਪ੍ਰੈਸ਼ਰ ਪਲੇਟ ਚੇਂਜ, ਗੱਡੀ ਚੱਲੀ ਹੈ ਸਾਰੀ 22,877 ਕਿਲੋਮੀਟਰ,
ਤੇ ਦੋਸਤੋ ਜੋ ਕਲੱਚ ਪਲੇਟ ਸੈਟਰ ਹੈ ਦੋਸਤੋ ਇਹ ਆਪਣਾ ਓਰੀਜਨਲ ਐਮ ਜੀ ਪੀ ਵਾਲਿਆਂ ਤੋਂ ਲਿਆਂਦਾ ਵਾ ਇਹ ਕਲੱਚ ਪਲੇਟ ਸੈਟਰ ਸਾਰਾ ਕਲੱਚ ਬੈਰਿੰਗ ਅਤੇ ਕਲੱਚ ਪਲੇਟ ਸੈਟ 3500 ਰੁਪਏ ਦਾ ਮਿਲਿਆ ਦੋਸਤੋ ਓਨਲੀ 3500 ਰੁਪਏ ਦਾ ਓਰੀਜਨਲ ਐਮ ਜੀ ਪੀ ਦਾ ਠੀਕ ਹੈ ਦੋਸਤੋ ਬਾਕੀ ਸਾਡੀ ਲੇਬਰ ਆ ਠੀਕ ਹੈ ਦੋਸਤੋ ਬਾਕੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਔਰ ਚੈਨਲ 'ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਦੋਸਤੋ ਠੀਕ ਆ ਬਾਕੀ ਮੈਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਆਪਣੇ ਚੈਨਲ 'ਤੇ ਅਪਲੋਡ ਕੀਤੀਆਂ ਹੋਈਆਂ ਕਲੱਚ ਪਲੇਟ 'ਤੇ ਹੰਡਾਈ ਦੀ i20 ਪੈਟਰੋਲ ਹੋ ਗਈ XUV ਹੋ ਗਈ ਟੋਇਟਾ ਦੀ ਗੱਡੀਆਂ ਹੋ ਗਈਆਂ ਕਾਫੀ ਗੱਡੀਆਂ ਦੀ ਕਲੱਚ ਪਲੇਟ ਰਿਪਲੇਸ 'ਤੇ ਵੀਡੀਓ ਪਾਈਆਂ ਹੋਈਆਂ ਵਾ ਅਤੇ ਉਹ ਵੀ ਤੁਸੀਂ ਜਾ ਕੇ ਦੇਖਦੇ ਆ ਅਤੇ ਯਾਰ ਜ਼ਿਆਦਾ ਤੋਂ ਜ਼ਿਆਦਾ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਆਪਣੇ ਦੋਸਤਾਂ ਦੇ ਨਾਲ ਠੀਕ ਹੈ ਦੋਸਤੋ ਅਤੇ ਠੀਕ ਹੈ ਦੋਸਤੋ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ 'ਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਨਮਸਤੇ।